सत श्रीकाल दोस्तों, की हाल चाल है यार। अज का शूट बहुत ही लाजवाब होने वाला। एक तो मस्त मौसम है, बारिश से खड़े हैं, गिलकार ओडियो देते भरा ने कराती पूरी अत, जबरदस्त ट्रैक्टर तैयार है, 8 सबवूफर, 10 स्पीकर, लंबे वाला बंपर, कैंट जोन डियर जबरदस्त तैयार किया यार। मजा आ जाएगा अज की वीडियो देख के। लाइट वर्क होया जबरदस्त, रूफ तैयार हुई है बहुत जबरदस्त। मतलब एक एक चीज़ मैं अलग अलग सारी डिटेल से दसूंगा। वीडियो में जल्दी जल्दी लाइक तो शेयर कर दो, क्योंकि ट्रैक्टर की वीडियो सिर्फ तुहाडे लई ते। जोन डियर कौन प्यार करता, जल्दी जल्दी कमेंट करियो तो दस्यो पक्के जोन डेयर वाले किड़े है, कमेंट करके जरूर दस्यो। तो कमेंट की वेट रहेगी। तो अज अं एक बार फिर पहुंचे गिल भरा को। गिल भरा, सत श्री अकाल, की हाल चाल है? तो भाजी ट्रैक्टर से जो मैं गल करा, ओवरऑल खर्चा कितना हो गया होगा? स्टार्ट करते हैं। गिल भाजी, सब तो पहले फ्रंट साइड तो सब तो पहले स्कल वाली लाइट्स लग गई हैं, जिन्हें एलईडी लाइट्स भी कहा जाता है, स्प्लेंडर वाली लाइट्स भी कहा जाता है, यह उही लाइट्स ने। तो चेक कर सकते हो। उस तो बाद भाजी का ट्रैक्टर है, भाजी भी तुम्हें मिलाने हैं, जिन्हों का नाम की बैचिंग दी है। भाजी रिवर्स कटिंग करा के जी लाइट चलती है। तो भाजी पूरी वॉश प्रूफ, एदा वाटर प्रूफ है? वाटर प्रूफ है भाजी, बिल्कुल कोई टेंशन नहीं। नहीं नहीं, तो भाजी इन्हों की भी गरंटी वरंटी आती है कोई? हाँ जी भाजी, ਆਪਾਂ ਆਪਣੇ ਕੋਲੋਂ ਦੇ ਦਿੱਤੀ, ਵੈਸੇ ਪਿੱਛੋਂ ਤਾਂ ਨਹੀਂ ਆਉਂਦੀ ਆ, ਪਰ ਇਹਨਾਂ ਕਿ ਮਤਲਬ ਇੱਕ ਜੇ ਤਾਂ ਆਪਾਂ ਐਕਸਚੇਂਜ ਜਾਂ ਚੇਂਜ ਕਰ ਲਈਏ ਆਪਾਂ ਰਿਲੇਸ਼ਨ ਦੇ ਹਿਸਾਬ ਨਾਲ, ਹੈ ਨਾ? ਮਤਲਬ ਵਧੀਆ। ਤੇ ਯਾਰ ਭਰਾ ਕੋਲ ਕੰਮ ਕਰਾਉਣ ਦਾ ਮਜ਼ਾ ਆਜੂਗਾ। ਜਿਹੜਾ ਕੰਮ ਭਰਾ ਨੇ 2,40,000 ਜਾਂ 2.5 ਲੱਖ 'ਚ ਕੀਤਾ ਨਾ, ਇਹ ਤੁਹਾਨੂੰ ਬਾਜ਼ਾਰੋਂ ਕੰਮ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਡਬਲ ਰੇਟ 'ਤੇ ਹੀ ਹੋਊਗਾ, 4,45,000 ਪਾਈ ਲਾ, ਤੁਹਾਨੂੰ ਇੰਨਾ ਹੀ ਬਜਟ ਬਣਾ ਕੇ ਮਿਲੂਗਾ। ਇਸ ਚੀਜ਼ ਦੀ ਮੈਂ ਗਰੰਟੀ ਲੈਂਦਾ। ਤੇ ਤੁਹਾਨੂੰ ਦਿਖਾ ਦਿੱਤਾ ਗਿਆ, ਲਾਈਟਸ ਦੇਖ ਸਕਦੇ ਹੋ, ਸਕਲ ਵਾਲੀਆਂ ਲਾਈਟਸ ਕਿੱਦਾਂ ਦੀ ਲੱਗੀਆਂ, ਕਮੈਂਟ ਕਰਕੇ ਜ਼ਰੂਰ ਦੱਸਿਓ। ਉਸ ਤੋਂ ਬਾਅਦ ਨਾਮ ਦੀ ਬੈਚਿੰਗ ਵੀ ਤੁਹਾਨੂੰ ਦੱਸ ਦਿੱਤੀਗੀ ਭਾਜੀ। ਉਸ ਤੋਂ ਬਾਅਦ ਆਉਂਦੀ ਅਗਲੀ ਗੱਲ ਜਿਹੜੀ ਬੰਪਰ, ਬਾਰਿਸ਼ ਪੈ ਰਹੀ ਹੈ, ਪਾਣੀ ਥੋੜ੍ਹਾ ਜਿਹਾ ਪਿਆ ਹੋਏਗਾ ਬੰਪਰ 'ਤੇ, ਮਾਈਂਡ ਨਾ ਕਰਿਓ ਭਾਜੀ। ਪਹਿਲੇ ਤਾਂ ਮੈਂ ਦੇਖ ਰਿਹਾ, ਮਤਲਬ ਸ਼ਾਇਦ ਕੈਮਰਾ ਇੰਨਾ ਜਸਟੀਫਾਈ ਨਾ ਕਰੇ ਮੀਂਹ ਦੇ ਵਿੱਚ, ਬਟ ਇਹਦੇ ਜਿਹੜੀ ਪੇਂਟ ਕੁਆਲਿਟੀ ਹੈ ਬਹੁਤ ਅੱਛੀ ਯੂਜ਼ ਕੀਤੀ ਗਈ ਜੀ ਭਾਜੀ। ਅਤੇ ਬਿਲਕੁਲ ਫਿਨਿਸ਼ ਤੁਸੀਂ ਇੱਦਾਂ, ਮਤਲਬ ਇਹ ਨਹੀਂ ਹੈ ਕਿ ਬਾਹਰੋਂ ਤਿਆਰ ਹੋਇਆ, ਇੱਦਾਂ ਲੱਗਦਾ ਕੰਪਨੀ ਵੱਲੋਂ ਲੱਗ ਕੇ ਹੀ ਆਇਆ ਪਾਰਟ। ਇਹ ਸਾਰਾ ਭਾਜੀ ਤੁਸੀਂ ਆਪ ਹੀ? ਹਾਂਜੀ ਭਾਜੀ ਆਪ। ਭਾਜੀ ਇਹਦਾ ਕਿੰਨੀ ਲੈਂਥ ਅਤੇ ਕਿੰਨਾ ਵੇਟ ਹੈ ਇਹਦਾ? ਭਾਜੀ 36 ਇੰਚ ਲੈਂਥ ਹੈ ਇਹਦੀ ਜੀ, ਅਤੇ 1 ਕੁਇੰਟਲ ਤੋਂ ਉੱਤੇ ਭਾਜੀ ਵੇਟ ਹੈ ਇਹਦਾ। 1 ਕੁਇੰਟਲ ਤੋਂ ਉੱਤੇ ਵੇਟ ਹੈ? ਹਾਂਜੀ। ਤੇ ਮੈਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਬਹੁਤ ਸਾਰੇ ਇਦਾਂ ਦੇ ਪਾਰਟ ਆ, ਕਿਤੇ ਵੀ ਸਕਿੱਪ ਨਾ ਕਰਿਓ ਵੀਡੀਓ ਨੂੰ, ਕਿਉਂਕਿ ਅੱਜ ਦੀ ਜਿਹੜੀ ਇਨਫੋਰਮੇਸ਼ਨ ਆ ਨਾ, ਮੈਂ ਤੁਹਾਨੂੰ ਦੱਸਣ ਵਾਲਾ ਕਿ 2,40,000 'ਚ ਕਿੰਨੀ ਹਿਊਜ ਲੁੱਕ ਦੇ ਵਿੱਚ ਤੁਸੀਂ ਟਰੈਕਟਰ ਨੂੰ ਤਿਆਰ ਕਰ ਸਕਦੇ ਹੋ। ਤਾਂ ਮੇਰੇ ਹਿਸਾਬ ਨਾਲ ਇਸ ਤੋਂ ਬਾਅਦ ਕੋਈ ਰੀਝ ਨਹੀਂ ਰਹਿ ਜਾਂਦੀ ਜਿਹੜੀ ਤਿਆਰ ਕਰਾਉਣੀ ਹੋਰ, ਹੈ ਨਾ ਭਾਜੀ? ਟੋਪ ਐਂਡ ਹੀ ਹੈ, ਬਿਲਕੁਲ ਜੀ ਬਿਲਕੁਲ। ਤੇ 2,40,000, ਮਤਲਬ ਤੁਸੀਂ 5-5, 6-6 ਲੱਖ ਵੀ ਲਾਇਆ ਦੇਖਿਆ, ਬਟ ਇਹ ਵੀ ਟਰੈਕਟਰ 'ਚ ਰੀਝ ਮਜ਼ੇਦਾਰ ਹੈ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਨੀਚੇ ਚੈੱਕ ਕਰ ਸਕਦੇ ਹੋ ਜੀ ਤੁਸੀਂ, 2-4 ਰੂਟਸ ਦੇ ਮੈਗਾਸੋਨਿਕ ਦੇ ਹੋਰਨ ਲੱਗੇ ਆ। ਇਸ ਤੋਂ ਬਾਅਦ ਚੈਸੀ ਲਾਈਟਸ ਲੱਗੀਆਂ ਨੇ, ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ। ਤੇ ਜ਼ਬਰਦਸਤ ਲੁੱਕ ਦੇ ਨਾਲ ਭਰਾ ਮੇਰੇ ਨੇ ਜਿਹੜੀ ਕੰਬੀਨੇਸ਼ਨ ਦਿੱਤਾ ਨਾ, ਉਹ ਬਲੈਕ ਦੇ ਨਾਲ ਗ੍ਰੀਨ ਲਾਈਟ ਦੇ ਕੰਬੀਨੇਸ਼ਨ ਦਿੱਤਾ, ਤਾਂ ਕਿ ਜੋਨ ਡੇਅਰ ਦੇ ਨਾਲ ਬਿਲਕੁਲ ਮੈਚ ਕਰੇ। ਹਾਂਜੀ ਭਾਜੀ, ਹੈ ਨਾ ਭਾਜੀ? ਜੀ ਜੀ। ਤੇ ਭਾਜੀ ਕਾਫੀ ਵੀਡੀਓਜ਼ ਵੀ ਸਾਡੇ ਦੋਸਤਾਂ ਨੇ ਦੇਖੀਆਂ ਹੋਣਗੀਆਂ, ਸਾਡੀਆਂ ਪਿਛਲੇ ਵਾਲੀਆਂ ਵੀਡੀਓਜ਼ ਵੀ, ਤੇ ਹੋਰ ਵੀ ਕਈ ਵਾਰ ਤੁਹਾਨੂੰ ਦੱਸਿਆ ਜਾਂਦਾ ਕਿ ਯਾਰ ਇਸ ਕਰਕੇ ਜ਼ਿਆਦਾ ਬਜਟ ਲਿੱਤਾ ਜਾਂਦਾ, ਤਾਂ ਕਿ ਯਾਰ ਤੁਸੀਂ ਜਿਹੜਾ ਕੰਮ ਹੈ ਉਹ ਬ੍ਰਾਂਡ 'ਚ ਕੀਤਾ ਜਾ ਰਿਹਾ, ਇਸ ਕਰਕੇ ਤੁਸੀਂ ਬਾਹਰੋਂ ਜਿਹੜਾ ਕੰਮ ਦੇਖਦੇ ਹੋ ਦੇਸੀ ਹੁੰਦਾ। ਯਾਰ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦੇ ਨਹੀਂ ਬਚੇ ਜਿਹੜੇ ਸਿਰਫ ਬ੍ਰਾਂਡ 'ਚ ਕੰਮ ਕਰਦੇ, ਹੈ ਨਾ? ਭਰਾ ਸਾਡਾ ਵੀ ਕੰਮ ਕਰਦਾ ਯਾਰ, ਇਹ ਵੀ ਬ੍ਰਾਂਡ ਹੈ, ਅਲਪਾਈਨ ਵੀ, ਪਾਇਨੀਅਰ ਵੀ, ਸਭ ਕੁਝ ਇੱਕ ਬ੍ਰਾਂਡ ਹੈ। ਤੇ ਬ੍ਰਾਂਡ ਦੇ ਵਿੱਚ ਇਹਦਾ ਸਾਰਾ ਕੰਮ ਕੀਤਾ ਗਿਆ, ਜਿੱਥੇ ਤੁਹਾਨੂੰ ਗਰੰਟੀ ਵਰੰਟੀ ਦਿੱਤੀ ਜਾਂਦੀ ਹੈ ਯਾਰ ਉਹ ਬ੍ਰਾਂਡ ਹੀ ਹੁੰਦਾ। ਤੇ ਸੋ ਐਵੇਂ ਫਜ਼ੂਲ ਦੀਆਂ ਗੱਲਾਂ 'ਚ ਆ ਕੇ ਜ਼ਿਆਦਾ ਪੈਸੇ ਨਾ ਖਰਚ ਕਰਿਆ ਕਰੋ ਕਿਤੇ ਜਾ ਕੇ, ਜਾਇਜ਼ ਰੇਟ ਦੇ ਵਿੱਚ ਜਾਇਜ਼ ਕੰਮ ਕਰਾਇਆ ਕਰੋ। ਇਸ ਤੋਂ ਬਾਅਦ ਮੈਂ ਗੱਲ ਕਰਦਾ 2 ਫੁੱਟੇ ਟਾਇਰਾਂ ਬਾਰੇ, ਜਿਹਦੇ ਬਾਰੇ ਮੈਂ ਕਾਫੀ ਨੌਲੇਜ ਪਹਿਲਾਂ ਵੀ ਆਲਰੇਡੀ ਦੇ ਚੁੱਕਾ, 1945-17 ਦੇ ਟਾਇਰ ਹੈ ਭਾਜੀ, ਇਹ ਗ੍ਰਿਨ ਟਾਇਰ ਤੋਂ ਪਏ। ਹਾਂਜੀ ਭਾਜੀ, ਗ੍ਰਿਨ ਟਾਇਰ। ਤੇ ਸਪੀਡਵੇਜ ਕੰਪਨੀ ਦਾ ਟਾਇਰ ਹੈ, ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਰਿਮ ਦਾ ਕਲਰ ਹੈ, ਬਲੈਕ ਕਰਾ ਲੈਂਦੇ ਆ, ਕਈ ਕਈ ਵਾਈਟ ਕਰਾਉਂਦੇ ਆ, ਭਰਾ ਨੇ ਇਹਦੇ ਨਾਲ ਮੈਚਿੰਗ ਦੇਣ ਲਈ ਯੈਲੋ ਕਰਾਇਆ, ਤਾਂ ਕਿ ਸਟਿਕਰਿੰਗ ਦੇ ਨਾਲ ਯੈਲੋ ਦੇ ਨਾਲ ਯੈਲੋ ਮੈਚ ਹੋ ਜਾਵੇ। ਜੀ ਭਾਜੀ। ਤੇ ਭਾਜੀ ਡਾਇਰੈਕਟ ਫਿਟਮੈਂਟ? ਹਾਂਜੀ, ਵਿਦਆਊਟ ਐਨੀ ਸਪੇਸਰ? ਹਾਂਜੀ ਹਾਂਜੀ। ਤੇ ਜ਼ਬਰਦਸਤ ਹੈ, ਕਿੱਦਾਂ ਦਾ ਲੱਗਦਾ ਕਮੈਂਟ ਕਰਕੇ ਤੁਸੀਂ ਦੱਸਣਾ। ਤੇ ਇਸ ਤੋਂ ਬਾਅਦ ਅਗਲਾ ਜਿਹੜਾ ਬਹੁਤ ਹੀ ਵਧੀਆ ਕੰਮ ਤੇ ਯੂਨੀਕ ਕੰਮ, ਤੁਸੀਂ ਚੈੱਕ ਕਰ ਰਹੇ ਹੋਗੇ ਐਗਜ਼ੌਸਟ ਕਿੱਥੇ ਹੈ। ਤੇ ਐਗਜ਼ੌਸਟ ਆ ਗਿਆ ਜੀ, ਆ ਦੇਖੋ ਜੀ ਪਾਈਪ, ਦੇਖੋ ਪਹਿਲੇ ਜਿਹੜੀ ਪਾਈਪ ਹੈ ਉਹ ਸਾਰੀ ਪਹਿਲੇ ਸਟੇਨਲੈਸ ਸਟੀਲ 'ਚ? ਹਾਂਜੀ ਭਾਜੀ, ਸਟੀਲ ਇਹ ਸਾਰੀ ਦੀ ਸਾਰੀ ਸਟੇਨਲੈਸ ਸਟੀਲ 'ਚ, ਇੱਥੋਂ ਬੈਂਡ ਦੇ ਕੇ ਉਸ ਸਾਈਡ 'ਤੇ ਕੱਟਤਾ, ਆਓ ਉਸ ਸਾਈਡ ਚੱਲਦਾ, ਮੈਂ ਤੁਹਾਨੂੰ ਦਿਖਾਉਣਾ ਇਹਦਾ ਜਿਹੜਾ ਵਰਕ ਹੋਇਆ ਨਾ, ਬੜਾ ਜ਼ਬਰਦਸਤ ਭਾਜੀ। ਦੋਨੋਂ ਵਰਕਿੰਗ ਆ? ਹਾਂਜੀ ਭਾਜੀ, ਦੋਨੋਂ ਵਰਕ। ਆਓ ਜੀ ਮੈਂ ਤੁਹਾਨੂੰ ਦਿਖਾਉਣਾ, ਥੋੜਾ ਬਾਰਿਸ਼ ਹੈ ਇਸ ਕਰਕੇ ਅਸੀਂ ਛੱਤ ਦੀ ਥੋੜਾ ਜਿਹਾ ਮਦਦ ਲਈ ਹੈ। ਦੋਨੋਂ ਵਰਕਿੰਗ ਇਹ ਹੁੰਦੇ ਆ ਭਾਜੀ, ਇੱਕ ਥੋੜਾ ਜ਼ਿਆਦਾ ਚੱਲਦਾ ਹੁੰਦਾ, ਇੱਕ ਥੋੜਾ ਜਿਹਾ ਸਲੋ ਚੱਲਦਾ ਹੁੰਦਾ। ਹਾਂਜੀ, ਲਓ ਜੀ ਆਹ ਚੈੱਕ ਕਰੋ, ਥੋੜਾ ਜਿਹਾ ਕਲੋਜ਼ਅਪ ਲੁੱਕ ਦਊਂਗਾ ਤੁਹਾਨੂੰ ਮੈਂ, ਤੇ ਚੈੱਕ ਕਰੋ। ਤੇ ਇਹ ਦੱਸਿਓ ਹੁਣ ਆਪਾਂ ਥੋੜਾ ਜਿਹਾ ਪਿੱਛੇ ਹਟ ਕੇ ਤੁਹਾਨੂੰ ਲੁੱਕ ਦਿੰਨੇ ਆ, ਤੇ ਦੱਸਿਓ ਕਿ ਜਿਹੜੇ ਐਗਜ਼ੌਸਟ ਨੇ ਉਹ ਕਿੱਦਾਂ ਦੇ ਜੱਚ ਰਹੇ ਨੇ 52-10 ਜੋਨ ਡੀਅਰ ਦੇ ਨਾਲ।
तो जे हजे तक तुम जॉन डियर लवर हो तो कमेंट नहीं किया या इस वीडियो उस बंदे नाल शेयर नहीं किया जो जॉन डियर लवर है तो फिर यार गलत है थोड़ा जहा जल्दी लिया लाइक तो शेयर कर दो क्योंकि ये जबरदस्त ट्रैक्टर तैयार है। तो इस तो बाद मैं तुम्हें दिखाना चाहना फ्रंट साइड तो थोड़ा जहाँ आने इस साइड आने थोड़ी जी अब मुश्किल हो रही है क्योंकि बारिश का मौसम है चल रही है तो तुम अब फाइबर हुड वाले गल करते हैं। फाइबर हुड लगी है उपर लगिया ने हमर लाइट्स माउस लाइट्स लगिया ने उपर जो मैं दिखाना चाहना एक दो तीन चार पांच माउस लाइट्स पर इस टाइम तो मतलब थोड़ा जहा मौसम भी ठीक है तो लाइट नजर आ रही है जबरदस्त लुक दे विच है पर ये चार चन ला दी है ना। हाँ जी भाजी बिल्कुल वाकई है छोटा जहा काम बट जट जाना भाजी जो मैं गल करा साडे भरावां ने किसी ने माउस लाइट्स इदा लवानियां होंदे किन्ने दी कॉस्ट कर जांदी है? ये ओरिजिनल है भाजी 1100-1200 दी रेंज ओरिजिनल देसी किन्ने दी मिल जांदी है? देसी भाजी 7-800 दा जोड़ा भी आ जांदा 7-800 दा जोड़ा भी आ जांदा ते बी अवेयर कोई ऐ नहीं कि तुसीं कंपनी च काम कराना चाहुंदे हो सारा ब्रांड दे काम होऊगा कोई टेंशन नहीं है। तो इस साइड भरा आन नहीं कहूँगा मैं जिसे तुम्हें मैं अगर डाउनसिलिंग दिखाना फ्रंट साइड से LED स्क्रीन लगी है मल्टी कलर वाली तो उस तो बाद देखो एक पेटी के तैयार किया गया एक पूरा बॉक्स बना के सील्ड किया गया चैक करो तुम जबरदस्त है। तो उस तो बाद कैनेडा की बैचिंग दी है डाउनसिलिंग के 3 कलर यूज किए गए हैं ये जी ऑरेंज लाइटिंग तुम देख सकते हो पाइप लाइट वाइट तो ब्लैक कलर का नाल कपड़े का कलर दिता है डाउनसिलिंग किदा की लग रही है कमेंट करके जरूर दस्यो तो वाइट बटन लाइट्स नाल लगिया ने भाजी बहुत सोहनी डाउनसिलिंग तैयार की है मजा आ गया ते कैनेडा दी स्पेशल पर आ रही कैनेडा तो ब्रदर इन्हां दे कैनेडा आ उहदा ट्रैक्टर भाजी ये हरियाणे तो सिरसे तो भाजी सिरसा तो ट्रैक्टर पंजाब च पहुंचिया तुसीं सोच सकदे हो साडा भरा कितना वधिया काम करदा जिथे ट्रैक्टर पहुंचिया। तो इस तो बाद तुहानूं दिखाना चाहूंगा चार लगे ने चैंपियन सीरीज के पाइनियर के चार ओवल फ्रंट साइड से हजे खेल शुरू है वीडियो नूं देखदे रहियो एंड तक दो चार लगे ने पाइनियर के सबवूफर 12-12 डी फोर ठीक है भाजी हूँ नवी सीरीज जी आ चुकी है 12-12 डी फोर आ चुकी है ना। तो फ्रंट साइड तो पेटी का डिजाइन देख सकते हो जो फ्रेम लगाया ना फ्रंट साइड से वह बहुत सोहना जबरदस्त फ्रेम तैयार किया भरा ने भाजी लुक होर ज्यादा कढ़ती है ना। हाँ जी भाजी थोड़ा जहा कुछ तो उस तो बाद जी ग्रीन लाइट अंदर चल रही है तुम्हें वीडियो का कहड़ा पार्ट सब तो ज्यादा सोहना लग रहा कमेंट करके जरूर दसना। तो यह सारा फ्रंट साइड तो हजे सिर्फ अद्धा काम दसिया अद्धा काम तुम दिखाने आज इधर बैक साइड से पहले तो मैं साइड तो लुक दिखा थोड़ी जी यह जो जहाज कट तो रॉकेट ही कटिया भाजी है जहाज भी नहीं है रॉकेट ही है सीधा है ना मतलब जबरदस्त है सीधा ही यह देखो एक जरा डिजाइनिंग करके जी लाइट दी गई है ऑरेंज ब्लैक कपड़े के नाल ग्रीन लाइटिंग अमेजिंग है यार पेटी का डिजाइन मतलब एक वधिया मकैनिक वधिया जिहड़ा बंदा है वह सारा तुहानू कम करके दे सकदा तो बहुत सोहना ट्रैक्टर तैयार किया गया साइड तो भी तुम देख सकते हो प्रोफाइल साइड प्रोफाइल भी बड़ी जबरदस्त है और जॉन डियर की बैचिंग देकर इतने बनाया गया नाल और जॉन डियर की बैचिंग जी नहीं है कि एक स्टिकरिंग के नाल हल्का काम करके दिता गया ये चेक कर सकते हो तुम पिछे येलो लाइट है पिछे फ्रेम लगा के उपर यह देखो जी कटिंग करा के जो जॉन डियर का साइन है वह पूरा लोगों उपर तैयार किया गया प्रोपर यही है कि स्टिकरिंग की गई है तो बहुत सोहना काम है। तो आओ बैकसाइड तो तुम्हें दिखाना जिद लिए वेट कर रहे हो चार लगे ने राउंड स्पीकर MTX के पर ये टॉप एंड मॉडल नहीं भाजी थोड़े थोड़े थल्ले उस तो नीचे वाला ते बहुत जबरदस्त है भाजी एदा वोकल बहुत जबरदस्त बहुत सोहना एदा वोकल बहुत जबरदस्त है कीती है भाजी एडियास्टर पूरी बहुत सोहना है। हां जी जबरदस्त है यार। ते इस तो बाद तुसी देख सकते हो एल्पाइन दे दो सबवूफर है लगे ने अगे लगे सीगे चार 12-12 D4 पाइनियर सीरीज पाइनियर चैंपियन सीरीज ए लगे ने दो एल्पाइन ते दो एल्पाइन नीचे हजे भी खेल खत्म नहीं होया हजे भी दिखाने तुहानू होर नवी चीज। इस तो बाद आओ तुसी उपर थोड़ा जहा देख सकते हो हैंडल लगाए ने जिहड़े शेर खान वाले। हाँ जी भाजी ते भाजी इत्थे भी लोगो सेम जी भाजी पूरी एको ही थीम च है ना भाजी इहदा दी डिमांड सी। हाँ जी भाजी नाल भी मैं लाना जिन्हां दा ट्रैक्टर है तुहानू बहुत शानदार काम कराया भाजी ने भाजी एक गल दसो जिहड़े इह सारे सबवूफर रन हो रहे हैं। हाँ जी भाजी इह ते एम्प किहड़े किहड़े लगे एम्पलीफायर भाजी जिहड़े 12-12 D4 आ मोहरे उत्ते वर्ल्डटेक दीआं मोनो लगियां भाजी दो दी उस तों बाद इंटरफायर 6000 वाट ते भाजी चारे रन करदे एल्पाइन दे एल्पाइन दे सबवूफर भाजी। एक छोटी जी गल साडे दोस्तां नूं दस दो जिहदे की आपां नहीं चाहुंदे कि यार तुसीं किसे दीआं गल्लां च आ के वध पैसे खर्चो या वध भाजी किन्नी गरंटी मिल जांदी है मोनो दी और मोनो किन्ने कामयाब है एवल मोनो भाजी इंटरफायर दी उदां इह हुंदा पे कंपनी वल्लों नहीं वारंटी गरंटी कुछ भी आउंदा ते ओ आपां अपने कोलों करके देईदा एक साल दा देईदा भाजी गरंटी एक साल दी गरंटी मिलूगी। देखो चीज चाइनीज है। हाँ जी भाजी चीज इहदे च कोई डाउट नहीं बट जे तुहाडा बजट है रोकफोर्ड तक जाण दा जी बिल्कुल उस चीज तक जाण दा तां जरूर जाओ जे नहीं है तां यार इह चीज वी इदां दी है खराब नहीं हुंदी है इह बहुत वधिया चलदियां ने तुहाडे पैसा वसूल चीज है एवें ज्यादा गल्लां च नां दी लोड़ नहीं जे अपने पैसे बचाओ जे मार्केट चोर बाजारी तो बचो। तो आओ थोड़ा जिहा तुहानूं मैं इस साइड हजे ट्रैक्टर 360 डिग्री पूरा दिखाने तो यह चैक कर सकते हो तुम साइड तो डिजाइन आप थोड़ा जहा पिछे हट के तुम दिखाने तो आ रॉकेट चैक करके दस्यो एक बार मैं तुम्हें वाइड एंगल च भी दिखा वाइड एंगल प्लीज़ कि चैक करो जी तो आ वाइड एंगल च लुक चैक करो
तो बहुत सोहना ट्रैक्टर तैयार है यार, जिनी तारीफ करी जावा मैं उन्ना घट्ट। भाजी जिनी बारी मैं ट्रैक्टर का गेड़ा मारता एक नवी चीज़ दिख जाती है, तो बहुत सोहना। हूँ यह चेक कर सकते हो तुम, आह देखो मैं इस साइड आया तो मैं बड़ी प्यारी जी चीज़ लगी। यह देखो फुटरेस, देखो जोन डेयर लाइट के नाल, ये भी देख सकते हो तुम, इतने भी डिजाइन किया, ये भी लाइट, मतलब जबरदस्त काम है। एक तो एक तो सीट कवर भी भाजी आप, हाँ जी भाजी सीट कवर भी, तो बिल्कुल घेंट है यार। तो कि पार्ट सब तो ज़्यादा सोहना लगा तो कमेंट की वेट रहेगी। हूँ सारा काम आता है कि जो इन्ना हैवी साउंड सिस्टम लगे, इन्ना लाइटिंग का काम होया, इनू सही पावर देने लिए भी एक वर्क चाहिए भाजी। अल्टीनेटर का काम का थोड़े बारे सानू नॉलेज दिओ जरा, क्योंकि जो मेन काम है ना जो पिछों पावर सप्लाई का, जो बैटरिया चार्ज करता रहे वो भी जरूरी है भाजी। दो अल्टीनेटर लाए भाजी, एक करी दिखाइए आप। हाँ जी तो आओ जी आप थोड़ा जहा नेड़े की लुक लें तो तुम अल्टीनेटर दिखाने आप कि दो अल्टीनेटर च लगे ने तो की वर्क रहा। आप पूरा भाजी को समझते भाजी, बैटरी ਜਾਣੀ ਚਾਹੀਦੀਆਂ, ਕਹਿਣ ਦਾ ਮਤਲਬ 90 ਐਂਪੀਅਰ 100 ਐਂਪੀਅਰ ਉਹ ਸਾਰਾ ਕੁਝ ਵੇਖਣਾ ਪੈਂਦਾ ਭਾਜੀ। ਮਤਲਬ ਕਿ ਕਿੰਨੇ ਐਂਪੀਅਰ ਦਾ ਉੱਪਰ ਕੰਮ ਹੋਇਆ, ਕਰੰਟ ਦੇ ਹਿਸਾਬ ਨਾਲ ਭਾਜੀ ਸਾਰਾ ਕਰੰਟ ਲੋਡ ਉਹ ਪ੍ਰੋਪਰ ਕਰਨਾ ਪੈਂਦਾ ਭਾਜੀ ਤਾਂ ਸਹੀ ਚੱਲਦਾ। ਉਹ ਅਲਟੀਨੇਟਰ ਦਾ ਹੀ ਕੰਮ ਹੈ ਸਾਰਾ, ਸਾਰਾ ਅਲਟੀਨੇਟਰ ਦਾ ਕੰਮ ਹੈ ਭਾਜੀ। ਤੇ ਜਦੋਂ ਤੁਸੀਂ ਇੰਨਾ ਕੁਝ ਤਾਮਝਾਮ ਲੱਗਦਾ ਨਾ ਸਾਰਾ ਤੇ ਹੁੰਦਾ ਕਿ ਹਾਂ ਇੰਨੇ ਪੈਸੇ ਲੱਗ ਗਏ ਟਰੈਕਟਰ ਤਿਆਰ ਹੋ ਗਿਆ, ਬਟ ਇੱਥੇ ਤੱਕ ਗੱਲ ਖਤਮ ਨਹੀਂ ਹੁੰਦੀ। ਗੱਲ ਹੁੰਦੀ ਹੈ ਕਿ ਇਹਨੂੰ ਜਿਹੜੀ ਪਾਵਰ ਸਪਲਾਈ ਹੈ, ਜਿਹੜਾ ਪਿੱਛੋਂ ਤੱਕ ਦਾ ਕੰਮ ਹੈ, ਜਿਹੜਾ ਸਾਰਾ ਅੱਗੇ ਤੱਕ ਗਿਆ, ਉਹ ਐਂਡ ਪਿੱਛੋਂ ਠੀਕ ਹੋਊਗਾ ਤਾਂ ਅੱਗੇ ਸਾਰਾ ਕੰਮ ਵਰਕ ਕਰੂਗਾ। ਮਤਲਬ ਸਬ ਉਫਰ ਵੀ ਤਾਂ ਸਹੀ ਵੱਜਣਗੇ ਜੇ ਪਿੱਛੋਂ ਸਪਲਾਈ ਠੀਕ ਹੋਊ, ਲਾਈਟਾਂ ਤਾਂ ਠੀਕ ਚੱਲਣਗੀਆਂ ਕਿ ਪਿੱਛੋਂ ਸਪਲਾਈ ਠੀਕ ਹੋਊਗੀ। ਸਬ ਐਂਪ ਜਿਹੜੇ ਨੇ ਉਹ ਤਾਂ ਨਹੀਂ ਸੜੂਗੇ ਜੇ ਪਿੱਛੋਂ ਸਪਲਾਈ ਠੀਕ ਹੋਊ। ਬਿਲਕੁਲ ਬਿਲਕੁਲ ਠੀਕ ਹੈ ਭਾਜੀ। ਤੇ ਸਾਰੀ ਇਨਫੋਰਮੇਸ਼ਨ ਮੇਰੇ ਫੈਮਿਲੀ ਲਈ, ਤੁਸੀਂ ਹੋ ਮੇਰੀ ਫੈਮਿਲੀ, ਤੁਸੀਂ ਮੇਰੇ ਦੋਸਤ ਭਰਾ, ਸਭ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਿੰਦੇ ਹਾਂ। ਤੇ ਹੁਣ ਟਾਈਮ ਆ ਚੁੱਕਾ ਭਾਜੀ ਜਿਹੜੇ ਭਰਾ ਦਾ ਟਰੈਕਟਰ ਆਪਾਂ ਉਹਨੂੰ ਮਿਲਾਈਏ ਇੱਕ ਵਾਰੀ, ਤੇ ਆਪਾਂ ਤੁਹਾਡੀਆਂ ਕੋਈ ਸ਼ਿਕਾਇਤਾਂ ਨੇ ਤਾਂ ਉਹ ਵੀ ਸੁਣ ਲਈਏ, ਲੇਟ ਕੀਤਾ ਤੇ ਜੇ ਤਰੀਫਾਂ ਨੇ ਉਹ ਵੀ ਸੁਣ ਲਈਏ, ਹੈ ਨਾ। ਤੇ ਵੀਰੇ ਪਲੀਜ਼ ਆਪਾਂ ਇੱਕ ਵਾਰੀ ਆਈਏ ਜ਼ਰਾ। ਸਭ ਤੋਂ ਪਹਿਲੇ ਤਾਂ ਆਪਾਂ ਇੱਕ ਗੱਲ ਕਰੀਏ, ਤਰੀਫਾਂ ਤਾਂ ਆਪਾਂ ਕਰਤੀਆਂ ਬਹੁਤ, ਕੋਈ ਸ਼ਿਕਾਇਤ ਵੀ ਹੈ? ਨਾ ਨਾ ਭਾਜੀ ਸ਼ਿਕਾਇਤ ਕੋਈ ਨਹੀਂ, ਬਸ ਇੱਕੋ ਸ਼ਿਕਾਇਤ ਹੈ, ਟਾਈਮ ਬਹੁਤ ਲੱਗਿਆ। ਦੇਖਿਆ ਸ਼ਿਕਾਇਤ ਹੈ, ਹੋਰ ਕੋਈ ਸ਼ਿਕਾਇਤ ਨਹੀਂ ਹੈ, ਪਰ ਟਾਈਮ ਦਾ ਇਹ ਮੁੱਲ ਮੁੜਦਾ। ਇੱਦਾਂ ਕਿ ਯਾਰ ਭਾਜੀ ਸਬਰ ਦਾ ਫਲ ਮਿੱਠਾ ਹੁੰਦਾ, ਹਾਂਜੀ ਹਾਂਜੀ, ਹੈ ਨਾ, ਇਹ ਕਹਿ ਲਈਏ। ਅਤੇ ਜੇ ਆਪਾਂ ਨੂੰ ਟਾਈਮ ਲੱਗਦਾ ਤਾਂ ਚੀਜ਼ ਵੀ ਜਿਹੜੀ ਆ ਉਹ ਸੋਹਣੀ ਤਿਆਰ ਹੋ ਕੇ ਮਿਲ ਜਾਂਦੀ ਹੈ, ਸੋਹਣਾ ਤਾਂ ਬਹੁਤ ਆ ਜੀ। ਅਤੇ ਬਾਕੀ ਭਾਜੀ ਹੁਣ ਜਦੋਂ ਰੋਡ 'ਤੇ ਜਾਊਗਾ ਨਾ ਜਦੋਂ ਚਾਰ ਬੰਦੇ ਦੇਖੂਗੇ ਅਤੇ ਪੁੱਛੂਗੇ ਤੁਹਾਡੇ ਸਾਰੇ ਪੈਸੇ ਵਸੂਲ, ਹਾਂਜੀ ਹਾਂਜੀ, ਅਤੇ ਉਦੋਂ ਸਭ ਕੁਝ ਭੁੱਲ ਜਾਣਾ ਕਿ ਕਿੰਨਾ ਟਾਈਮ ਲੱਗਾ ਸੀ। ਅਤੇ ਕਿੰਨੇ ਨੰਬਰ ਦੇਣਾ ਚਾਹੋਗੇ ਸਾਡੇ ਭਰਾ ਨੂੰ? ਦੱਸਾਂਗਾ, ਦਸ ਤੋਂ ਦਸ ਹੀ ਹੈ ਪੱਕੀ ਗੱਲ, ਕੰਮ ਪੂਰਾ ਘੈਂਟ, ਜਾਇਜ਼ ਰੇਟ 'ਚ, ਜਾਇਜ਼ ਜੀ, ਪੱਕੀ ਗੱਲ, ਹਾਂਜੀ ਹਾਂਜੀ। ਚਲੋ ਜੀ, ਇਹ ਸੀਗਾ ਕਸਟਮਰ ਰਿਵਿਊ, ਇਹ ਨਹੀਂ ਹੈ ਕਿ ਮੈਂ ਕੋਲੋਂ ਕੋਈ ਰਿਵਿਊ ਦਿੱਤਾ ਗਿਆ। ਹੁਣ ਤੁਸੀਂ ਜਾਂਦੇ ਜਾਂਦੇ ਇੱਥੇ ਸੁਣੀਓ NCS ਦਾ ਮਿਊਜ਼ਿਕ, ਅਤੇ ਪੰਜਾਬੀ ਗਾਣਾ ਸੁਣਨ ਲਈ ਤੁਹਾਨੂੰ ਪਤਾ ਹੀ ਹੈ ਸਾਡੀ ਇੰਸਟਾਗ੍ਰਾਮ ID ਨੂੰ ਫੋਲੋ ਕਰਨਾ ਨਾ ਭੁੱਲਣਾ, modified_club2020 ਤੇ ਪਿਆਰ ਦਿੰਦੇ ਰਹੀਓ। ਤੁਹਾਡਾ ਭਰਾ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦਾ ਰਹੇਗਾ। ਮੀਂਹ ਹੋਵੇ, ਬਾਰਿਸ਼ ਹੋਵੇ, ਨੇਰੀ ਹੋਵੇ, ਅਸੀਂ ਤੁਹਾਡੇ ਲਈ ਪਹੁੰਚਾਂਗੇ, ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਅਤੇ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਾਂਗੇ। ਤੁਸੀਂ ਬਸ ਪਿਆਰ ਦਿੰਦੇ ਰਹੀਓ। ਲਵ ਯੂ ਆਲ, ਟੇਕ ਕੇਅਰ, ਗੁੱਡ ਬਾਏ। ਕੱਲ੍ਹ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।